ਹੁਣ ਸਭ ਨਾਲੋਂ ਜ਼ਿਆਦਾ ਅਹਿਮ ਮਸਲਾ ਹੈ। ਆਖਰੀ ਗੱਲ ਸੁਣੋ, ਮੈਂ ਫਿਰ ਦੁਆ ਕਰਨੀ। ਬੇਟਾ ਬੈਠ ਜਾਓ। ਜਾਦੂ ਦਾ, ਜਿੰਨਾਤ ਦਾ, ਨਜ਼ਰੇ ਬੱਦ ਦਾ, ਪੰਜ ਚੀਜ਼ਾਂ ਮੈਂ ਬਿਆਨ ਕਰ ਦਿੰਦਾ। ਬਿਲਖਸੂਸ ਨਜ਼ਰੇ ਬੱਦ, ਪੁਰਾਣਾ ਜਾਦੂ, ਨਿਆ ਜਾਦੂ, ਕਸਰ ਤੋਂ ਬਾਹਰਲੀ ਚੀਜ਼, ਸਭ ਚੀਜ਼ਾਂ ਅੱਲਾਹ ਆਪਣੀ ਰਹਿਮਤ ਦੇ ਨਾਲ ਖਤਮ ਕਰੇਗਾ। ਸਭ ਤੋਂ ਪਹਿਲੀ ਬਾਤ ਆਇਤੁਲ ਕੁਰਸੀ, ਪਹਿਲੀ ਬਾਤ। ਇਸ ਹਵਾਲੇ ਨਾਲ ਮੈਂ ਕਿੰਨੀਆਂ ਚੀਜ਼ਾਂ ਦੱਸਣੀਆਂ ਨੇ, ਮਿਲ ਕੇ ਬੋਲੋ, ਸਾਰੇ ਬੋਲੋ, ਫਿਰ ਮੈਂ ਦੁਆ ਕਰਨਾ। ਕਿੰਨੀਆਂ ਚੀਜ਼ਾਂ ਦੱਸਣੀਆਂ ਨੇ, ਲਓ ਜੀ ਹੁਣ ਯਾਦ ਕਰਿਓ। ਇਸ ਤਰ੍ਹਾਂ ਸਾਰੇ ਸਾਥੀਆਂ ਨੇ ਉਂਗਲ ਬਾਹਰ ਕੱਢ ਕੇ ਨਾ ਗਿਣਨੀਆਂ ਨੇ ਚੀਜ਼ਾਂ, ਕੋਈ ਸ਼ਰਮ ਵਾਲੀ ਗੱਲ ਨਹੀਂ। ਉਂਗਲੀ ਕੱਢੋ ਬਾਹਰ। ਨੰਬਰ ਇੱਕ ਆਇਤੁਲ ਕੁਰਸੀ, ਨੰਬਰ ਦੋ ਮੁਅਵਜ਼ਾਤੈਨ। ਹੁਣ ਮੁਅਵਜ਼ਾਤੈਨ ਦਾ ਮਾਨਾ ਪਤਾ ਕੀ ਹੈ? ਮੇਰਾ ਵੇਖਿਓ, ਮੁਅਵਜ਼ਾਤੈਨ ਦਾ ਮਾਨਾ ਹੈ ਦੋ ਪਨਾਹ ਦੇਣੇ ਵਾਲੀ ਸੂਰਤੇ, ਦੋ ਪਨਾਹ ਦੇਣੇ ਵਾਲੀ ਸੂਰਤ ਹੈ। ਸੂਰਤ ਫਲਕ ਤੇ ਸੂਰਤ ਨਾਸ ਨੂੰ ਆਉਂਦੇ ਨੇ ਮੁਅਵਜ਼ਾਤੈਨ, ਤੇ ਅਜੀ ਲਿਆਸ ਸਾਹਿਬ ਅਗਰ ਨਾਲ ਮਿਲ ਜਾਏ ਨਾ ਕੁਲ ਹੁਵੱਲਾ, ਫਿਰ ਨੂੰ ਆਉਂਦੇ ਨੇ ਮੁਅਵਜ਼ਾਤ। ਇਹਦਾ ਮਾਨਾ ਪਨਾਹ ਦੇਣੇ ਵਾਲੀ ਤੀਨ ਸੂਰਤੇ, ਲੇਕਿਨ ਆਇਤੁਲ ਕੁਰਸੀ ਪੜ੍ਹਨੀ ਹੈ ਤੇ ਦੂਸਰੇ ਨੰਬਰ ਤੇ ਮੁਅਵਜ਼ਾਤੈਨ, ਫਲਕ ਤੇ ਨਾਸ, ਤੀਸਰੇ ਨੰਬਰ ਤੇ ਆਇਤੇ ਕਰੀਮਾ। ਕੀ ਕਿਹੜੀ? ਲਾ ਇਲਾਹਾ ਇਲਾ ਅੰਤ ਸੁਬਹਾਨਕਾ ਇਨੀ ਕੁੰਤੁ ਮਿਨਜ਼ ਜ਼ਾਲਿਮੀਨ। ਅੱਛਾ ਮੈਂ ਤਰਜਮਾ ਕਰਨਾ, ਫਿਰ ਸੁਭਾਨ ਅੱਲਾਹ ਨਿਕਲਣੀ ਹੈ। ਪਹਿਲਾਂ ਤਰਜਮਾ ਸੁਣਿਓ। ਲਾ ਇਲਾਹਾ ਇਲਾ ਅੰਤਾ, ਮਾਣਾ ਪਤਾ ਕੀ ਹੈ? ਦੇਸੀ ਮਾਣਾ। ਲਾ ਇਲਾਹਾ ਇਲਾ ਅੰਤਾ, ਅੱਲਾਹ ਤੇਰਾ ਦਰ ਛੱਡ ਕੇ ਜਾਵਾਂ ਤੇ ਜਾਵਾਂ ਕਿੱਥੇ? ਤੇਰੇ ਤੋਂ ਸਿਵਾ ਮੇਰਾ ਹੈ ਹੀ ਕੋਈ ਨਹੀਂ। ਮੇਰਾ ਲਾਡ ਵੀ ਤੂੰ ਹੈ, ਮੇਰਾ ਪਿਆਰ ਵੀ ਤੂੰ ਹੈ, ਮੇਰੀ ਮੁਹੱਬਤ ਵੀ ਤੂੰ ਹੈ, ਮੇਰਾ ਯਕੀਨ ਵੀ ਤੂੰ ਹੈ, ਮੇਰੀ ਆਸ ਵੀ ਤੂੰ ਹੈ, ਮੇਰੀ ਉਮੀਦ ਵੀ ਤੂੰ ਹੈ, ਮੇਰਾ ਮੁਤਾ ਵੀ ਤੂੰ ਹੈ, ਮੇਰਾ ਬਾਦਸ਼ਾਹ ਵੀ ਤੂੰ ਹੈ। ਲਾ ਇਲਾਹਾ ਇਲਾ ਅੰਤਾ ਸੁਬਹਾਨਕਾ ਅੱਲਾ ਤੁਸੀਂ ਪਾਕੋ ਇੰਨੀ ਕੁੰਤੁ ਮਿਨ ਜ਼ਾਲਿਮੀਨ। ਗਲਤੀਆਂ ਮੈਂ ਕਰਨਾ, ਖੱਚਾਂ ਮੈਂ ਮਾਰਨਾ, ਗੁਨਾਹ ਮੈਂ ਕਰਨਾ, ਜ਼ੁਲਮ ਮੈਂ ਕਰਨਾ। ਸਭ ਤੋਂ ਪਹਿਲੇ ਆਇਤੁਲ ਕੁਰਸੀ ਜੇ, ਦੂਸਰੇ ਨੰਬਰ 'ਤੇ ਮੁਅਵਜ਼ਾ ਤੈਨ ਜੇ, ਤੀਸਰੇ ਨੰਬਰ ਤੇ ਆਇਤੇ ਕਰੀਮਾ। ਲਾ ਇਲਾਹਾ ਇਲਾ ਅੰਤ ਸੁਬਹਾਨਕਾ ਇਨੀ ਕੁੰਤੁ ਮਿਨ ਜ਼ਾਲਿਮੀਨ। ਤੇ ਚੌਥੇ ਨੰਬਰ ਤੇ ਕੀ ਕਹਿਣਾ? ਅੱਲਾਹੁ ਅੱਲਾਹੁ ਰੱਬੀ ਲਾ ਉਸ਼ਰਿਕੁ ਬਿਹੀ ਸ਼ਈਆ। ਇਹਦਾ ਤਰਜਮਾ ਪਤਾ ਕੀ? ਅੱਲਾਹੁ ਅੱਲਾਹੁ ਰੱਬੀ ਲਾ ਉਸ਼ਰਿਕੁ ਬਿਹੀ। ਇੱਕ ਵਾਰੀ ਪੜ੍ਹ ਕੇ ਸੁਣਾਓ, ਮੈਂ ਤਰਜਮਾ ਕਰਾਂ। ਇਹ ਜ਼ਿਆਦਾ ਸਬਕ ਜੇ ਖਵਾਤੀਨ ਵਾਸਤੇ। ਖਵਾਤੀਨ ਤਵੱਜੋ, ਅੱਲਾਹੁ ਅੱਲਾਹੁ ਰੱਬੀ ਲਾ ਉਸ਼ਰਿਕੁ ਬਿਹੀ ਸ਼ਈਆ। ਇਹਦਾ ਤਰਜਮਾ ਪਤਾ ਕੀ ਹੈ? ਅੱਲਾਹ, ਅੱਲਾ ਹੀ ਮੇਰਾ ਦਾਤਾ ਹੈ, ਅੱਲਾ ਹੀ ਮੇਰਾ ਲਜਫਾਲ ਹੈ, ਅੱਲਾ ਹੀ ਮੇਰਾ ਗਰੀਬ ਨਵਾਜ਼ ਹੈ, ਅੱਲਾ ਹੀ ਮੇਰਾ ਹਾਜਤ ਰਵਾਏ। ਅੱਲਾਹ ਅੱਲਾਹ ਰੱਬੀ ਤਕੀਦੇ ਲਫਜ਼ੀ, ਅੱਲਾਹ ਅੱਲਾ ਹੀ ਮੇਰਾ ਰੱਬ ਹੈ। ਮੈਂ ਕਦੀ ਪਹਿਲੇ ਵੀ ਰੱਬ ਨਾਲ ਸ਼ਿਰਕ ਨਹੀਂ ਕੀਤਾ। ਤਰਜਮਾ ਸੁਣੀ? ਮੈਂ ਕਦੀ ਪਹਿਲੇ ਵੀ ਰੱਬ ਨਾਲ ਸ਼ਿਰਕ ਨਹੀਂ ਕੀਤਾ। ਅੱਜ ਗੁਰਬਤਾਂ ਨੇ ਘੇਰਾ ਪਾ ਲਿਆ, ਬਿਮਾਰੀਆਂ ਨੇ ਘੇਰਾ ਪਾ ਲਿਆ, ਕਸਰਾਂ ਨੇ ਘੇਰਾ ਪਾ ਲਿਆ, ਤੇ ਹੁਣ ਵੀ ਮੈਂ ਆਪਣੇ ਰੱਬ ਦੇ ਨਾਲ ਸ਼ਿਰਕ ਨਹੀਂ ਕਰਨਾ। ਅੱਲਾ ਅੱਲਾਹੁ ਰੱਬੀ ਲਾ ਉਸ਼ਰਿਕੁ ਬਿਹੀ ਸ਼ਈਆ ਚੌਥੇ ਨੰਬਰ ਤੇ। ਔਰ ਪੰਜਵੇਂ ਨੰਬਰ ਤੇ ਤੁਹਾਨੂੰ ਲੈਲਤੁਲ ਕਦਰ ਯਾਦ ਆ ਜਾਣੀ ਹੈ। ਪੰਜਵੇਂ ਨੰਬਰ ਤੇ ਕਹਿਣਾ, ਅੱਲਾਹੁਮਾ ਇਨਕਾ ਅਫੂਵੁਨ ਤੁਹਿੱਬੁਲ ਅਫਵਾ ਫਾਅਫੂ ਅੰਨੀ। ਅੱਲਾਹੁਮਾ ਇਨਕਾ ਅਫੂਵੁਨ ਤੁਹਿੱਬੁਲ ਅਫਵਾ ਫਾਅਫੂ ਅੰਨੀ। ਇਹ ਪੰਜ ਚੀਜ਼ਾਂ ਬੇਟਾ ਦਰਵੇ ਕਸਰਤ ਦੇ ਨਾਲ ਪੜ੍ਹਦਾ ਰਿਹਾ ਕਰ। ਮੈਂ ਪਾਬੰਦ ਨਹੀਂ ਕਰਦਾ, ਤਜਰਬਾ ਸਿਰਫ ਰੱਖਣਾ, ਕਿਉਂਕਿ ਉਲਮਾ ਇਕਰਾਮ ਦੇ ਫਤਵੇ ਮੌਜੂਦ ਨੇ, ਸ਼ੇਖੁਲ ਹਦੀਸ ਦੇ ਫਤਵੇ ਮੌਜੂਦ ਨੇ। ਇਲਾਜ ਵਾਸਤੇ ਅਗਰ ਤਜਰਬੇ 'ਚ ਕੋਈ ਅਦਦ ਆ ਜਾਏ ਤੇ ਉਹਦੇ ਬਿਆਨ ਕਰਨ ਅੰਦਰ ਕੋਈ ਅਰਜ਼ ਨਹੀਂ।
ਸੌ ਸੌ ਦਫਾ ਪੜ੍ਹ ਲੈ ਤੇਰੀ ਮਰਜ਼ੀ, ਪੰਤਾਲੀ ਪੰਤਾਲੀ ਦਫਾ ਪੜ੍ਹ ਲੈ ਤੇਰੀ ਮਰਜ਼ੀ, ਸੱਤ ਸੱਤ ਦਫਾ ਪੜ੍ਹ ਲੈ ਤੇਰੀ ਮਰਜ਼ੀ। ਲੇਕਿਨ ਇੱਕ ਤਜਰਬੇ ਦੇ ਮੁਤਾਬਕ ਜਿਹੜਾ ਬੰਦਾ ਇਕਤਾਲੀ ਦਫਾ ਆਇਤੁਲ ਕੁਰਸੀ ਪੜ੍ਹਦਾ, ਇੱਕ ਤਜਰਬੇ ਦੇ ਮੁਤਾਬਕ ਜਿਹੜਾ ਬੰਦਾ ਇਕਤਾਲੀ ਦਫਾ ਮੁਹਾਫਜ਼ਾ ਤੈਨ ਪੜ੍ਹਦਾ, ਇਕਤਾਲੀ ਦਫਾ ਆਇਤ ਕਰੀਮਾ ਪੜ੍ਹਦਾ, ਇਕਤਾਲੀ ਦਫਾ ਅੱਲਾ ਅੱਲਾਹੁ ਰੱਬੀ ਲਾ ਸ਼ਰੀਕ ਬਿਹੀ ਸ਼ਈਆ ਪੜ੍ਹਦਾ, ਇਕਤਾਲੀ ਦਫਾ ਅੱਲਾਹੁਮਾ ਇਨਨਕਾ ਅਫੂਵੁਨ ਤੁਹਿੱਬੁਲ ਅਫਵਾ ਫਾਫੂਨ ਨਹੀਂ ਪੜ੍ਹਦਾ, ਪਾਣੀ 'ਤੇ ਦਮ ਕਰਕੇ ਪਾਣੀ ਆਪਣੇ ਜਿਸਮ 'ਤੇ ਬਹਾ ਲੈਣਾ, ਕੁਛ ਪਾਣੀ ਪੀ ਲੈਣਾ, ਰੋਜ਼ਾਨਾ ਅਮਲ ਕਰ ਲੈ, ਹਫ਼ਤੇ 'ਚ ਦੋ ਤਿੰਨ ਵਾਰੀ ਕਰ ਲੈ, ਅੱਲਾ ਤਬਾਰਕ ਵਤਾਲਾ ਹਰ ਕਿਸਮ ਦੇ ਪੁਰਾਣੇ ਜਾਦੂ ਅਤੇ ਨਜ਼ਰੇ ਬਦ ਨੂੰ ਦੂਰ ਫਰਮਾ ਕੇ ਰਾਮਤਾਂ ਦੇ ਸਾਰੇ ਦਰਵਾਜ਼ੇ ਹੀ ਖੋਲ੍ਹ ਦੇਣਗੇ। ਓਏ ਗੱਲ ਸੁਣੋ ਯਾਰ, ਲੋਕ ਸ਼ਿਰਕ ਕਰਦੇ ਫਿਰਦੇ ਨੇ, ਜਵਾਨ ਬੱਚੀਆਂ ਲੈ ਕੇ ਕੋਈ ਕਿਸੇ ਦਰ 'ਤੇ, ਕੋਈ ਕਿਸੇ ਦਰ 'ਤੇ, ਅੱਲਾ ਜਾਣਦਾ ਕਲੇਜਾ ਫੜਦਾ। ਜਿਸ ਉਮਤ ਕੋਲ ਐਤਲ ਕੁਰਸੀ ਹੋਵੇ, ਜਿਸ ਉਮਤ ਕੋਲ ਕੁੱਲੋ ਜ਼ੁਬ ਰੱਬਿਲ ਫਲਕ ਹੋਵੇ, ਕੁੱਲੋ ਜ਼ੁਬ ਨਾਸ ਹੋਵੇ, ਅਤੇ ਦਰਬਾਰਾਂ 'ਤੇ ਜਾ ਕੇ ਰੁਲ ਜਾ। ਓਏ ਲੋਗੋ, ਮੁਹੰਮਦ ਰਸੂਲੁੱਲਾ ਸੱਲੱਲਾਹੁ ਅਲੈਹਿ ਵਸੱਲਮ ਕਾਨਫਰੰਸ ਦਾ ਮਕਸਦ ਹੈ ਜੇ ਰੱਬ ਦੇ ਦਰ 'ਤੇ ਗਿਰੋ, ਤੁਹਾਨੂੰ ਤੁਹਾਡੇ ਪੈਗੰਬਰ ਨੇ ਲਵਾਰਸ ਨਹੀਂ ਛੱਡਿਆ, ਬੇਸਹਾਰਾ ਨਹੀਂ ਛੱਡਿਆ, ਬੇਯਾਰੋ ਮਦਦਗਾਰ ਨਹੀਂ ਛੱਡਿਆ। ਰਿਜ਼ਕ ਦੇ ਸਭ ਵਜ਼ਾਇਫ ਬਿਆਨ ਕਰ ਦਿੱਤੇ, ਸਿਹਤ ਬਿਮਾਰੀ ਤੋਂ ਨਿਜਾਤ ਵਾਸਤੇ ਸਭ ਚੀਜ਼ਾਂ ਬਿਆਨ ਕਰ ਦਿੱਤੀਆਂ, ਔਰ ਹਰ ਕਿਸਮ ਦੀ ਕਸਰ ਜਾਦੂ ਦੇ ਹੱਲ ਵਾਸਤੇ ਸਭ ਚੀਜ਼ਾਂ ਬਿਆਨ ਕਰ ਦਿੱਤੀਆਂ। ਆਇਤੁਲ ਕੁਰਸੀ, ਮੁਅਵਿਜ਼ਤੇਨ, ਆਇਤ ਕਰੀਮਾ, ਅੱਲਾਹੁ ਅੱਲਾਹੁ ਰੱਬੀ ਲਾ ਸ਼ਰੀਕ ਬਿਹੀ ਸ਼ਈਆ, ਔਰ ਪੰਜਵੇਂ ਨੰਬਰ 'ਤੇ ਅੱਲਾਹੁਮਾ ਇਨਨਕਾ ਅਫੂਵੁਨ ਤੁਹਿੱਬੁਲ ਅਫਵਾ। ਜੋ ਮਰਜ਼ੀ ਤਾਦਾਦ ਰੱਖ ਲਓ, ਭਾਵੇਂ ਨਾਮ ਹੀ ਗਿਣੋ, ਇੱਧਰ ਵੇਖੋ, ਗਿਣਨ ਦੀ ਲੋੜ ਨਹੀਂ। ਮਤਲਬ ਪੰਜ ਚਾਰ ਮਿੰਟ ਆਦਲ ਕੁਰਸੀ ਪੜ੍ਹਦੇ ਰਹੋ, ਪੰਜ ਚਾਰ ਮਿੰਟ ਆਖਰੀ ਕੁੱਲ ਪੜ੍ਹਦੇ ਰਹੋ, ਚਾਰ ਪੰਜ ਮਿੰਟ ਲਾ ਇਲਾਹਾ ਇਲਾ ਅੰਤ ਸੁਬਹਾਨਾ ਕਾ ਪੜ੍ਹਦੇ ਰਹੋ। ਅਗਰ ਕੋਈ ਮਰੀਜ਼ ਖੁਦ ਪੜ੍ਹ ਲਵੇ ਸੋਨੇ ਤੇ ਸੁਹਾਗਾ, ਅਗਰ ਨਹੀਂ ਕੋਈ ਪੜ੍ਹ ਸਕਦਾ ਤੇ ਵਾਲਦ ਪੜ੍ਹ ਦੇਵੇ, ਬੀਵੀ ਪੜ੍ਹ ਦੇਵੇ, ਖਾਮਦ ਪੜ੍ਹ ਦੇਵੇ, ਬੇਟੀ ਪੜ੍ਹ ਦੇਵੇ, ਬੇਟਾ ਪੜ੍ਹ ਦੇਵੇ। ਅਗਰ ਕੋਈ ਕਸਰ ਪੁਰਾਣੀ ਹੈ ਤੇ ਰੋਜ਼ਾਨਾ ਆਪਣੇ ਵਜੂਦ ਤੇ ਤੁਸੀਂ ਪਾਣੀ ਬਹਾਣਾ, ਕੁਛ ਪੀਣਾ, ਇਹ ਬਿਲਕੁਲ ਜਿਹੜਾ ਪਾਣੀ ਬੰਦਾ ਆਪਣੇ ਬਦਨ ਤੇ ਬਹਾਉਂਦਾ ਨਾ, ਇਸ ਤਰ੍ਹਾਂ ਹੀ ਸਮਝ ਲਓ ਕਿ ਸ਼ੈਤਾਨੀ ਤਾਕਤਾਂ ਤੇ ਪੈਟਰੋਲ ਗਿਰਦਾ। ਜਿੰਨਾ ਪੁਰਾਣਾ ਮਰਜ਼ ਹੋਵੇ, ਜਿੰਨੀ ਪੁਰਾਣੀ ਕਸਰ ਹੋਵੇ, ਇਹਦੀ ਤਾਦਾਦ ਉਸ ਕਦਰ ਜ਼ਿਆਦਾ ਵਧਾ ਦਿਓ।